ਬੱਚਿਓ ਪਤਾ ਕਰਿਏ ਜਦੋਂ ਕਿਸੇ ਵਸਤੂ ਉੱਤੇ ਬਲ ਲੱਗਦਾ ਹੈ ਤਾਂ ਕੀ ਹੁੰਦਾ ਹੈ ਬਲ ਕਿਸੇ ਵਸਤੂ ਦੇ ਆਕਾਰ ਗਤੀ ਜਾਂ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਲਿਆਉਂਦਾ ਹੈ ਕਿਸੇ ਗੁਬਾਰੇ ਵਿੱਚ ਹਵਾ ਭਰ ਕੇ ਉਸ ਨੂੰ ਦਬਾਓ ਤੁਸੀਂ ਦੇਖੋਗੇ कि ਇਸ ਦੇ ਆਕਾਰ ਵਿੱਚ ਪਰਿਵਰਤਨ ਆਇਆ ਹੈ ਇਸੇ ਤਰ੍ਹਾਂ ਕਿਸੇ ਲੋਹੇ ਦੀ ਪੱਤੀ ਨੂੰ ਹਥੌੜੇ ਨਾਲ ਸੱਟ ਮਾਰੋ ਇਹ ਮੁੜ ਜਾਵੇਗੀ ਇਨ੍ਹਾਂ ਉਦਾਹਰਨਾਂ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਬਲ ਕਿਸੇ ਵਸਤੂ ਦੀ ਬਣਾਵਟ ਵਿੱਚ ਪਰਿਵਰਤਨ ਕਰ ਸਕਦਾ ਹੈ ਬੱਚਿਓ विराम अवस्था ਵਿੱਚ ਪਈ ਹੋਈ ਵਸਤੂ ਬਲ ਲਗਾਉਣ ਨਾਲ ਗਤੀਸ਼ੀਲ ਹੋ ਜਾਂਦੀ ਹੈ। ਅਤੇ ਗਤੀ ਕਰਦੀ ਹੋਈ ਵਸਤੂ ਬਲ ਲਗਾਉਣ ਨਾਲ ਆਰਾਮ ਅਵਸਥਾ ਵਿੱਚ ਆ ਜਾਂਦੀ ਹੈ। ਇਸੇ ਤਰ੍ਹਾਂ ਬਲ ਕਿਸੇ ਵਸਤੂ ਦੀ ਗਤੀ ਦੀ ਦਿਸ਼ਾ ਵੀ ਬਦਲ ਸਕਦਾ ਹੈ। ਹਾਕੀ ਖੇਡਦੇ ਸਮੇਂ ਅਸੀਂ ਹਾਕੀ ਨਾਲ ਗੇਂਦ ਨੂੰ ਠੋਕਰ ਮਾਰ ਕੇ ਇਸ ਦੀ ਦਿਸ਼ਾ ਬਦਲਦੇ ਹਾਂ ਬੱਚਿਓ ਬਲ ਕਿਸੇ ਚਲਦੀ ਵਸਤੂ ਦੀ ਚਾਲ ਵਿੱਚ ਵੀ ਪਰਿਵਰਤਨ ਲਿਆਉਂਦਾ ਹੈ ਮੰਨ ਲਓ ਤੁਸੀਂ ਸਾਈਕਲ ਚਲਾ ਰਹੇ ਹੋ ਪਰ ਜੇਕਰ ਤੁਹਾਡਾ ਦੋਸਤ ਸਾਈਕਲ ਨੂੰ ਤੱਕਾ ਲਗਾਵੇ ਤਾਂ ਸਾਈਕਲ ਦੀ ਚਾਲ ਤੇਜ਼ ਹੋ ਜਾਵੇਗੀ ਇਨ੍ਹਾਂ ਸਾਰੀਆਂ ਉਦਾਹਰਨਾਂ ਤੋਂ ਸਿੱਟਾ ਕੱਢਦੇ ਹਾਂ ਕਿ ਬਲ ਕਿਸੇ ਵਸਤੂ ਨੂੰ ਵਿਰਾਮ ਅਵਸਥਾ ਤੋਂ ਗਤੀ ਵਿੱਚ ਲਿਆ ਸਕਦਾ ਹੈ ਗਤੀਸ਼ੀਲ ਵਸਤੂ ਦੀ ਚਾਲ ਵਿੱਚ ਪਰਿਵਰਤਨ ਕਰ ਸਕਦਾ ਹੈ ਗਤੀਸ਼ੀਲ ਵਸਤੂ ਦੀ ਦਿਸ਼ਾ ਵਿੱਚ ਪਰਿਵਰਤਨ ਕਰ ਸਕਦਾ ਹੈ ਵਸਤੂ ਦੀ ਸ਼ਕਲ ਵਿੱਚ ਪਰਿਵਰਤਨ ਲਿਆ ਸਕਦਾ ਹੈ